ਸਤਿ ਸ਼੍ਰੀ ਅਕਾਲ ਮੇਰਾ ਨਾਮ ਅਖਿਲ ਪ੍ਰਤਾਪ ਹੈ ਮੈਂ 6ਵੀਂ ਜਮਾਤ ਵਿੱਚ ਪੜ੍ਹਦਾ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਗੈਸਪੁਰਾ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਸਿੱਖ ਧਰਮ ਅੰਦੋਲਨ ਦੇ ਆਪ ਨਵੇਂ ਅਧਿਆਤਮਿਕ ਗੱਦੀਦਾਰ ਸਨ ਆਪ ਦਾ ਜਨਮ 6ਵੇਂ ਗੁਰੂ ਹਰਗੋਬਿੰਦ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਸਨ 1621 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ ਬਚਪਨ ਤੋਂ ਹੀ ਆਪ ਵਾਲੇ ਗੰਭੀਰ ਧਰਮ ਸਾਧਕ ਅਤੇ ਤਪਸਵੀ ਮਹਾਂਪੁਰਖ ਸਨ ਆਪ ਦਾ ਵਿਆਹ ਕਰਤਾਰ ਸਿੰਘ ਦੇ ਨਾਤੀ ਭਾਈ ਲਾਲ ਚੰਦ ਜੀ ਦੀ ਡਿਗਰੀ ਨਾਲ ਸਨ 1632 ਈਸਵੀ ਵਿੱਚ ਹੋਇਆ ਪਿਤਾ ਗੁਰੂ ਹਰਗੋਬਿੰਦ ਜੀ ਦੇ ਮਹਾਂਪ੍ਰਸਥਾਨ ਤੋਂ ਬਾਅਦ ਸਨ 1644 ਈਸਵੀ ਵਿੱਚ ਆਪ ਆਪਣੀ ਪਤਨੀ ਅਤੇ ਮਾਤਾ ਸਹਿਤ ਬਕਾਲਾ ਪਿੰਡ ਵਿੱਚ ਆ ਵਸੇ ਜੋ ਕਾਲਾਂਤਰ ਵਿੱਚ ਆਪ ਦੇ ਨਾਂ 'ਤੇ ਬਾਬਾ ਬਕਾਲਾ ਕਰਕੇ ਪ੍ਰਸਿੱਧ ਹੋਇਆ ਆਪ ਦੇ ਪਿਤਾ ਗੁਰੂ ਹਰਗੋਬਿੰਦ ਜੀ ਤੋਂ ਬਾਅਦ ਗੁਰੂ ਹਰੀ ਰਾਏ ਅਤੇ ਗੁਰੂ ਹਰਿਕ੍ਰਿਸ਼ਨ ਜੀ ਕਰਮਵਾਰ 7ਵੇਂ ਅਤੇ 8ਵੇਂ ਗੁਰੂ ਬਣੇ ਬਾਲ ਕਾਲ ਵਿੱਚ ਜੋਤੀ ਜੋਤ ਸਮਾਉਣ ਕਾਰਨ 8ਵੇਂ ਗੁਰੂ ਨੇ ਗੁਰਗੱਦੀ ਉੱਤੇ ਉੱਤਰਾਧਿਕਾਰੀ ਬਾਰੇ ਕੇਵਲ ਬਾਬਾ ਬਕਾਲੇ ਸ਼ਬਦ ਇਸ ਅਸਪਸ਼ਟ ਸੰਕੇਤ ਕਾਰਨ ਗੱਦੀ ਦੇ ਕਈ ਦਾਅਵੇਦਾਰ ਆਖਿਰ ਬਾਈ ਮੱਖਣ ਸਿੰਘ ਲੁਬਾਣਾ ਨੇ ਆਪਣੀ ਮੰਨਤ ਪੇਟਾ ਕਰਨ ਲਈ ਸੁਖਮ ਦ੍ਰਿਸ਼ਟੀ ਨਾਲ ਵਾਇਸ ਅਖਾੜੇ ਗੱਦੀਆਂ ਵਿੱਚੋਂ ਸੱਚੇ ਗੁਰੂ ਨੂੰ ਲੱਭ ਲਿਆ ਆਪ 20 ਮਾਰਚ 1665 ਈਸਵੀ ਨੂੰ 43 ਵਰ੍ਹਿਆਂ ਦੀ ਉਮਰ ਵਿੱਚ ਗੁਰਗੱਦੀ ਉੱਤੇ ਬੈਠੇ ਤਦ ਉਪਰੰਤ ਆਪ ਕਈ ਗੁਰੂ ਧਾਮਾਂ ਦੀ ਯਾਤਰਾ ਕਰਦੇ ਹੋਏ ਕੀਰਤਪੁਰ ਪਹੁੰਚੇ ਕੁਝ ਸਮਾਂ ਉੱਥੇ ਟਿਕੇ ਅਤੇ ਫਿਰ ਨੈਣਾ ਦੇਵੀ ਦੇ ਨੇੜੇ ਸਤਲੁਜ ਨਦੀ ਦੇ ਕੰਢੇ ਮਾਖੋਵਾਲੀ ਪਿੰਡ ਦੀ ਧਰਤੀ ਪਹਾੜੀ ਰਾਜਿਆਂ ਨੂੰ ਖਰੀਦ ਕੇ 1666 ਈਸਵੀ ਵਿੱਚ ਅਨੰਦਪੁਰ ਬਸਤੀ ਦੀ ਸਥਾਪਨਾ ਕੀਤੀ ਜੋ ਬਾਅਦ ਵਿੱਚ ਖਾਲਸੇ ਦੀ ਜਨਮ ਭੂਮੀ ਵਜੋਂ ਕੁਝ ਦਿਨ ਪਰੇ ਆਪ ਅਨੰਦਪੁਰ ਵਿੱਚ ਧਰਮ ਪ੍ਰਚਾਰ ਕਰਦੇ ਰਹੇ ਇਸ ਦੌਰਾਨ ਔਰੰਗਜ਼ੇਬ ਬਾਦਸ਼ਾਹ ਨੇ ਉਦਵਾਂ ਨੂੰ ਸਮੂਹਿਕ ਤੌਰ 'ਤੇ ਮੁਸਲਮਾਨ ਬਣਾਉਣ ਦੀ ਯੋਜਨਾ ਨੂੰ ਸਭ ਤੋਂ ਪਹਿਲਾਂ ਕਸ਼ਮੀਰ ਵਿੱਚ ਲਾਗੂ ਕਰਨ ਦਾ ਯਤਨ ਕੀਤਾ ਫਲਸਰੂਪ ਕਸ਼ਮੀਰ ਦੇ ਬ੍ਰਾਹਮਣ ਆਪ ਨੇ ਧਰਮ ਦੀ ਰੱਖਿਆ ਲਈ ਆਪ ਦੀ ਸ਼ਰਨ ਵਿੱਚ ਆਏ ਅਤੇ ਸੰਨ 1675 ਈਸਵੀ ਵਿੱਚ ਉਹਨਾਂ ਦੇ ਧਾਰਮਿਕ ਸੰਕਟ ਨੂੰ ਖਤਮ ਕਰਨ ਲਈ ਕੁਝ ਸਿੱਖ ਸੇਵਕਾਂ ਨਾਲ ਲੈ ਕੇ ਆਪ ਦਿੱਲੀ ਵਿੱਚ ਚੱਲ ਪਏ ਯਾਤਰਾ ਦੌਰਾਨ ਆਪ ਕਈ ਨਗਰਾਂ ਉਪਨਗਰਾਂ ਵਿੱਚ ਠਹਿਰੇ ਅਤੇ ਧਰਮ ਪ੍ਰਤੀ ਦ੍ਰਿੜਤਾ ਦਾ ਪ੍ਰਚਾਰ ਕਰਦੇ ਰਹੇ ਦਿੱਲੀ ਪਹੁੰਚਣ ਤੋਂ ਪਹਿਲਾਂ ਆਗਰੇ ਵਿੱਚ ਆਪ ਨੂੰ ਬੰਦੀ ਬਣਾ ਲਿਆ ਗਿਆ ਬਾਦਸ਼ਾਹ ਵੱਲੋਂ ਮੁਸਲਮਾਨ ਬਣਨ ਦੀ ਹਰ ਪ੍ਰਕਾਰ ਪੇਸ਼ਕਸ਼ ਨੂੰ ਆਪ ਨੇ ਠੁਕਰਾ ਦਿੱਤਾ ਬਾਦਸ਼ਾਹ ਨੇ ਆਪ ਨੂੰ 11 ਨਵੰਬਰ 1675 ਈਸਵੀ ਨੂੰ ਦਿੱਲੀ ਵਿੱਚ ਕੋਤਵਾਲੀ ਦੇ ਨੇੜੇ ਗੁਰਦੁਆਰਾ ਸੀਸਗੰਜ ਵਿੱਚ ਸਥਾਨ ਉੱਤੇ ਸ਼ਹੀਦ ਕਰਵਾ ਦਿੱਤਾ ਆਪ ਦੇ ਨਾਲ ਗਏ ਸਿੱਖ ਸੇਵਕਾਂ ਵਿੱਚੋਂ ਭਾਈ ਮਤੀ ਦਾਸ ਅਤੇ ਭਾਈ ਦਿਆਲਾ ਨੂੰ ਵੀ ਬੜੀ ਬੇਦਰਦੀ ਨਾਲ ਸ਼ਹੀਦ ਕੀਤਾ ਗਿਆ ਆਪ ਦੇ ਸਰੀਰ ਦਾ ਸਰਕਾਰ ਭਾਈ ਲੱਖੀ ਸ਼ਾਹ ਨੇ ਰਸਾਇਣਾ ਪਿੰਡ ਵਿੱਚ ਆਪਣੇ ਘਰ ਦੇ ਅੰਦਰ ਉਸ ਸਥਾਨ ਉੱਤੇ ਕੀਤਾ ਜਿੱਥੇ ਹੁਣ ਗੁਰਦੁਆਰਾ ਰਕਾਬਗੜ੍ਹ ਬਣਿਆ ਹੋਇਆ ਹੈ ਆਪ ਦੇ ਸ਼ੀਸ਼ ਨੂੰ ਚਾਦਰ ਵਿੱਚ ਲਪੇਟ ਕੇ ਭਾਈ ਜਾਤਾ ਅਨੰਦਪੁਰ ਪਹੁੰਚਿਆ ਜਿੱਥੇ ਬਾਲਕ ਗੋਬਿੰਦ ਰਾਏ ਨੇ ਬੜੇ ਸਤਿਕਾਰ ਨਾਲ ਉਸਦਾ ਸੰਸਕਾਰ ਕੀਤਾ ਇਸ ਸਦ ਉੱਦਮ ਕਾਰਨ ਇਤਿਹਾਸ ਵਿੱਚ ਭਾਈ ਜਾਤਾ ਨੂੰ ਗੁਰੂ ਕਾ ਬੇਟਾ ਲਿਖਿਆ ਅਖਵਾਉਣ ਦਾ ਸਨਮਾਨ ਪ੍ਰਾਪਤ ਹੋਇਆ ਬਚਿੱਤਰ ਨਾਟਕ ਵਿੱਚ ਆਪ ਦੇ ਮਹਾਂਬਲੀ ਦੀ ਘਟਨਾ ਬਾਰੇ ਆਨ ਆਪ ਕੁੱਲ 10 ਵਰ੍ਹੇ 7 ਮਹੀਨੇ ਅਤੇ 18 ਦਿਨ ਗੁਰਗੱਦੀ ਉੱਤੇ ਵਿਰਾਜਮਾਨ ਹੋਏ ਆਪ ਦੇ
कहा प्रस्थान तो बाद आप दे पुत्र गोविंद राय जी गुरुगद्दी उत्ते बैठे दुर्धन का कौम नू एक नवे सिर दे के पार्टियता दा कल्याण किता धन्यवाद।